ਅਤੇ ਸਾਡੇ ਕੋਈ ਮਾਤਾ ਜੀ ਨੇ ਅਤੇ ਇਹਨਾਂ ਦੇ ਜਿਹੜੇ ਬੇਟਾ ਨੇ ਉਹ ਇੱਥੇ ਐਡਮਿਟ ਨੇ ਪੀ ਜੀ ਆਈ ਦੇ ਵਿੱਚ। ਮੈਂ ਆਇਆ ਸੀਗਾ ਅਤੇ ਇਹਨਾਂ ਦੀ ਇਹਨਾਂ ਮੁਲਾਕਾਤ ਹੋਈ। ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੀ ਇਹਨਾਂ ਨੂੰ ਸਮੱਸਿਆ ਕਿ ਕਿੰਨਾ ਟਾਈਮ ਤੋਂ ਇਹਨਾਂ ਦਾ ਬੇਟਾ ਜਿਹੜਾ ਇੱਥੇ ਐਡਮਿਟ ਆ। ਹਾਂਜੀ ਮਾਤਾ ਜੀ, ਮੇਰਾ ਬੇਟਾ ਜੀ ਇਸ ਵਕਤ ਟਰਾਂਸਪਲਾਂਟ ਹੋਈ ਹੈ ਮੇਰੇ ਬੇਟੇ ਦੀ ਕਿਡਨੀ ਦੀ, ਤਾਂ 4 ਮਹੀਨੇ ਹੋ ਗਏ ਉਸ ਨੂੰ। 4 ਮਹੀਨੇ ਦੇ ਵਿੱਚ ਮੈਂ 4 ਲੱਖ ਤੋਂ ਵੀ ਉੱਪਰ, ਮਤਲਬ 1 ਸਾਲ ਦੇ ਅੰਦਰ 4 ਲੱਖ ਦੇ ਉੱਪਰ ਮੈਂ ਖਰਚਾ ਕਰ ਚੁੱਕੀ। ਹੁਣ 4 ਮਹੀਨੇ ਤੋਂ ਮੇਰਾ ਬੇਟਾ ਫਿਰ ਐਡਮਿਟ ਹੈ ਕਿਉਂਕਿ ਇਨਫੈਕਸ਼ਨ ਹੋ ਗਈ ਹੈ ਉਸਦੇ। ਤਾਂ ਇਨਫੈਕਸ਼ਨ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਲੰਗਸ ਦਾ ਓਪਰੇਸ਼ਨ ਕੀਤਾ ਉਸਦਾ, ਉਹਦੇ ਵਿੱਚ ਬਹੁਤ ਖਰਚਾ ਆਇਆ। ਮੇਰੇ ਕੋਲ ਨਹੀਂ, ਕੋਈ ਗੱਲ ਨਹੀਂ ਕੋਈ। ਅਤੇ ਹੁਣ ਉਹਨਾਂ ਦਾ ਟੀਕਾ ਕਿੰਨੇ ਦਾ ਲੱਗਦਾ? 8 ਹਜ਼ਾਰ ਰੁਪਏ ਦਾ ਇੱਕ ਇੰਜੈਕਸ਼ਨ ਰੋਜ਼ ਲੱਗ ਰਿਹਾ ਮੇਰੇ ਬੇਟੇ। ਤਾਂ ਡਾਕਟਰ ਕਹਿ ਰਹੇ ਕਿ ਹਜੇ ਤਾਈਂ ਮਤਲਬ ਲੱਗੇਗਾ ਹੀ ਲੱਗੇਗਾ ਵੀ, ਮਤਲਬ 25 ਦਿਨਾਂ ਤੱਕ ਇੰਜੈਕਸ਼ਨ ਲੱਗੇ ਨਹੀਂ। ਇਹਨਾਂ ਵੀਰ ਦੀ ਨਾਮ ਕੀ ਹੈ ਉਹਨਾਂ ਦਾ? ਦੀਪਕ ਠਾਕਰ। ਦੀਪਕ ਠਾਕਰ, ਉਹਨਾਂ ਦੀ ਉਮਰ ਹੈ ਜਿਹੜੀ 33 ਸਾਲ ਦੀ ਆ। ਪਹਿਲਾਂ ਤੁਹਾਡੀ ਕਿਸੇ ਨੇ ਮਦਦ ਕੀਤੀ ਆ? ਪਹਿਲਾਂ ਮੇਰੀ ਗੁਰਦੁਆਰੇ ਵਾਲਿਆਂ ਨੇ ਵਿਚਾਰਿਆਂ ਨੇ ਮੇਰੀ ਮਦਦ ਕੀਤੀ ਹੈ। ਮੈਨੂੰ 6 ਇੰਜੈਕਸ਼ਨ ਉਹਨਾਂ ਨੇ ਲਿਆ ਕੇ ਦਿੱਤੇ ਵਿਚਾਰਿਆਂ ਨੇ। ਹੁਣ ਅੱਗੇ ਦੀ ਮੈਨੂੰ ਫਿਰ ਚਿੰਤਾ ਹੈ ਕਿ ਮੈਂ ਕਿਸ ਤਰ੍ਹਾਂ ਕਿਆ ਕਰਾਂ, ਆਪਣੇ ਬੱਚੇ ਦੀ ਜ਼ਿੰਦਗੀ ਮੈਂ ਬਚਾਉਣੀ ਹੈ, ਮੈਂ ਕਿਸ ਤਰ੍ਹਾਂ ਬਚਾਵਾਂ ਉਹਦੀ ਜ਼ਿੰਦਗੀ। ਜੀ ਅਸੀਂ ਜਿਵੇਂ ਦਵਾਈਆਂ ਲੈਂਦੇ ਰਹਿੰਦੇ ਹਾਂ, ਸਾਨੂੰ ਜਿਹੜਾ 8200 ਰੁਪਏ ਦੇ ਟੀਕੇ ਆਉਂਦੇ ਆ, ਇੱਕ ਡੋਜ਼ 3 ਟੀਕਿਆਂ ਦੀ ਬਣਦੀ ਹੈ, ਉਹ 7500 ਰੁਪਏ ਦੀ ਸਾਨੂੰ ਮਿਲਦੀ ਹੈ। ਅਤੇ ਉਹ ਅਸੀਂ ਇਹਨਾਂ ਨੂੰ ਅਰਾਊਂਡ 15000 ਦੀ ਅਸੀਂ ਇੰਜੈਕਸ਼ਨ ਦੇ ਕੇ ਦਿੱਤੇ ਸੀਗੇ ਆਂਟੀ ਨੂੰ, ਅਤੇ ਹੁਣ ਇਹਨਾਂ ਕੋਲ ਪੈਸੇ ਨਹੀਂ ਗਏ ਹੈਗੇ। ਅਤੇ ਹਰੇਕ ਮਾਂ ਨੂੰ ਆਪਣਾ ਪੁੱਤ ਪਿਆਰਾ ਹੁੰਦਾ। ਸਾਡੀ ਅਪੀਲ ਹੈ ਵੀ ਅਗਰ ਉਸ ਬੱਚੇ ਦੇ ਹਰ ਰੋਜ਼ ਇੰਜੈਕਸ਼ਨ ਲੱਗੇਗਾ ਤਾਂ ਉਹ ਬੱਚਾ ਠੀਕ ਰਹੇਗਾ। ਜਦੋਂ ਤੱਕ ਡਾਕਟਰ ਕਹਿੰਦੇ ਆ ਵੀ ਉਹਦਾ ਰੂਟੀਨ ਲੈਵਲ ਬਿਲਕੁਲ ਜਿੱਦਾਂ ਚਾਹੀਦਾ ਉੱਦਾਂ ਨਹੀਂ ਆਉਂਦਾ, ਨੋਰਮਲ ਨਹੀਂ ਹੁੰਦਾ, ਤਦ ਤੱਕ ਉਹ ਇੰਜੈਕਸ਼ਨ ਲੱਗਣ ਨਹੀਂ ਲੱਗਦਾ। ਤੁਸੀਂ ਰੋਣ ਆਂਟੀ, ਲੋਕ ਬਹੁਤ ਅੱਛੇ ਹੈ, ਲੋਕ ਆਪਣੇ ਆਪ ਅੱਗੇ ਆ ਕੇ ਮਦਦ ਕਰਨਗੇ, ਕੋਈ ਨਾ ਕੋਈ ਜ਼ਰੂਰ ਆਏਗਾ। ਸੋ ਸਾਰੇ ਵੀਰਾਂ ਨੂੰ ਜਿਹੜੇ ਇਸ ਟਾਈਮ ਇਸ ਵੀਡੀਓ ਨੂੰ ਦੇਖ ਰਹੇ ਨੇ, ਜਿਹੜੇ ਕੋਈ ਨਹੀਂ ਹੈਲਪ ਕਰ ਸਕਦੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤਾਂ ਕਿ ਆਪਾਂ ਮਾਤਾ ਦੀ ਜਿਹੜੀ ਹੈਲਪ ਹੈ ਉਹ ਕਰਨੀ ਆ। ਤੁਸੀਂ ਸਾਨੂੰ ਆਪਣਾ ਦਸਮੰਦ ਹੈ ਉਹ ਭੇਜ ਸਕਦੇ ਹੋ, ਜਿਹਨੇ ਸਾਨੂੰ ਕੋਈ ਪੈਸੇ ਭੇਜਣੇ ਉਹ ਭੇਜ ਸਕਦੇ ਹੋ। ਅਤੇ ਰੈਮ ਟੱਚ TV ਔਰ ਸਾਡੀ ਜਿਹੜੀ ਟੀਮ ਹੈ ਸਭ ਹਿਊਮੈਨਿਟੀ ਸਭ ਗੋਡ ਦੀ ਜਿਹੜੀ ਟੀਮ ਹੈ ਸਾਡੀ PGI ਦੇ ਵਿੱਚ ਗਰਾਊਂਡ ਲੈਵਲ 'ਤੇ ਕੰਮ ਕਰ ਰਹੀ ਹੈ, ਅਤੇ ਤੁਸੀਂ ਸਾਡੇ ਨਾਲ ਜੁੜੋ ਅਤੇ ਅਸੀਂ ਇਸ ਮਾਤਾ ਦੀ ਜਿਹੜੀ ਆਪਾਂ ਵੱਧ ਤੋਂ ਵੱਧ ਹੈਲਪ ਆ ਜਿਹੜੀ ਕਰ